ਮੈਂ ਕਹਿੰਦਾ ਤੇਰੀ ਕਿਹੜੀ ਲਾਲ ਚਿੜੀ ਰੱਖੀ ਹੈ ਐਕਸਪੈਂਸਿਵ ਐਕਸਪੈਂਸਿਵ ਗੱਲਾਂ ਕਰ ਰਿਹਾ ਹੈ ਤੂੰ ਬੀੜੀ ਭਾਈ ਉਹ ਪੁੱਛ ਰਿਹਾ ਨਾ ਨੋ ਦਾ ਥੋੜੀ ਗਰੂਆ ਧੱਕੇ ਨਾ ਫੜ ਕੇ ਪਹਿਲਾਂ ਜੇ ਦੂਸਰੇ ਨੂੰ ਮਾਰੀ ਜਾਂਦੇ ਵੇਲਾ ਅੱਜ ਅੱਜ ਫੇਰ ਪੜਿਆ ਬਾਹਰ ਤੋੜ ਓਏ ਇੱਕ ਮਿੰਟ दूजे दूजे दिन ही आ गए ਪਿਛਲੇ ਹਫ਼ਤੇ ਇਹਨੇ ਕੀਤਾ ਇਹਨੇ ਬੂਝਾ ਆਪਣਾ ਹੱਥਾਂ ਨੂੰ ਖੜਾ ਕਰਤਾ ਉਹਦੇ ਮੈਨੂੰ ਓਡੇ ਕਮੈਂਟ ਆਏ ਕਹਿੰਦੇ ਵੀ ਯਾਰ ਚੰਗਾ ਲੱਗਦਾ ਮੈਂ ਤੁਹਾਡੀ ਗੱਲ ਮੰਨਦਾ ਹੁੰਦਾ ਯਾਰ ਜਿਹੜੇ ਤੁਸੀਂ ਮੈਨੂੰ ਕਮੈਂਟ ਕਰੋ ਨਾ ਉਹ ਮੈਂ ਗੱਲ ਮੰਨ ਲੈਂਦਾ ਕਈ ਬੰਦੇ ਵਿੱਚ ਕਹਿ ਦਿੰਦੇ ਆ ਆਪ ਤੋਂ ਪਹਿਲਾਂ ਬੜਾ ਚੰਗਾ ਸੀ ਹੁਣ ਤੂੰ ਚੰਗੀਆਂ ਮੱਤਾਂ ਦਿੰਦਾ ਯਾਰ ਸਾਰੀ ਉਮਰ ਉਹ ਗੱਲ ਕਿ ਸਾਰੀ ਉਮਰ ਉਹ ਗਲਤ ਕੰਮ ਹੀ ਕਰਦੇ ਰਹਿਣਾ ਜੇ ਹੁਣ ਬੰਦਾ ਸੁਧਰਨ ਦੀ ਕੋਸ਼ਿਸ਼ ਕਰਨ ਡਿਆ ਸਗੋਂ ਉਹਨੂੰ ਕਹੋਗੇ ਜਦ ਬਾਈ ਤੂੰ ਪਹਿਲਾਂ ਗਲਤ ਸੀ ਹੁਣ ਤੂੰ ਸਹੀ ਹੋਣ ਡਿਆ ਇਹ ਗੱਲ ਨਹੀਂ ਕਹਿਣੀ ਹੁੰਦੀ ਇਹ ਗੱਲ ਕਹਿਣੀ ਹੁੰਦੀ ਹੈ ਕਿ ਬਾਈ ਤੂੰ ਆਪ ਪਹਿਲਾਂ ਬੜਾ ਚੰਗਾ ਮੈਂ ਤਾਂ ਮੰਨਦਾ ਪਹਿਲਾਂ ਨਹੀਂ ਚੰਗਾ ਸੀ ਪਿੱਛੇ ਜੋ ਗਲਤੀ ਕੀਤੀ ਦੁਬਾਰਾ ਗਲਤੀ ਥੋੜੀ ਕਰਨੀ ਆ ਉਹ ਚੀਜ਼ ਤਾਂ ਸਮਝ ਲੱਗਦਾ ਕਿ ਭਰਾਵਾ ਜੇ ਮੈਂ ਗਲਤੀ ਮੈਂ ਵੀ ਸੁਧਰੇ ਆ ਮੈਨੂੰ ਵੀ ਕਿੰਨੇ ਸੁਧਾਰੇ ਆ ਮੈਨੂੰ ਸੁਧਾਰਿਆ ਜਿਹਨਾਂ ਨੇ ਆ ਹਰ ਕਿ ਬਲੋਚ ਮੈਂ ਉਹਨਾਂ ਦਾ ਨਾਂ ਲੈਂਦਾ ਬਾਰ ਬਾਰ ਕਿੰਨਾ ਕਿ ਚੰਗਾ ਗੁਰੂ ਹੋਣਾ ਜ਼ਰੂਰੀ ਆ ਚੰਗਾ ਵੀ ਆਪਾਂ ਨੂੰ ਸਮਝਾਉਣਾ ਜੇ ਆਪਾਂ ਨੂੰ ਮਿਲਦਾ ਉਹ ਗੱਲ ਮੰਨਣੀ ਚਾਹੀਦੀ ਆ ਜੇ ਸਾਡਾ ਹੁਣ ਫਰਜ਼ ਪਿਆ ਤਾਂ ਸਿਰਫ ਉਹਨਾਂ ਕਰਕੇ ਹੀ ਆ ਜੇ ਅੱਜ ਮਾੜੇ ਮੋਟੇ ਜੇ ਸਿਆਣੇ ਹੋਏ ਆ ਜੇ ਤੁਹਾਨੂੰ ਕੋਈ ਗੱਲ ਚੰਗੀ ਲੱਗਦੀ ਤੁਸੀਂ ਕਹਿ ਦਿੰਦੇ ਕਿ ਬਾਈ ਕੀ ਹੁੰਦਾ ਇੰਸਪਾਇਰ ਇੰਸਪੀਰੇਸ਼ਨ ਕੀ ਹੁੰਦਾ ਪਤਾ ਨਹੀਂ ਮੈਂ ਇੰਨਾ ਤਾਂ ਮੈਨੂੰ ਨਹੀਂ ਪਤਾ ਜਦੋਂ ਕੋਈ ਇਹ ਤਾਂ ਇਨਸਪਾਇਰ ਹੁੰਦਾ ਇਨਸਪਾਇਰ ਹੀ ਕਹਿੰਦੇ ਹਾਂ ਮੈਂ ਤੇ ਆਪ ਆਪ ਬਸ ਕੀਤੀ ਮੈਂ ਰੈਪਰ ਮਾਰ ਕੇ ਕੀਤੀ ਮੈਂ ਨਹੀਂ ਝੂਠ ਛੱਡ ਬੋਲਦਾ ਭਰਾਵਾ ਬੜਾ ਬੜਾ ਮੋਟਾ ਕੇ ਚੱਲ ਜਾਂਦਾ ਝੂਠ ਕੇ ਜੇ ਮੈਂ ਅੱਜ ਬਗਾਵਾਂ ਨਾ ਕਿ ਮੈਂ ਵੀ ਬੜੇ ਬਾਅਦ ਹਾਈ ਫਾਈ ਸਕੂਲ ਚੋਂ ਪਲੱਸ ਟੂ ਕੀਤੀ ਆ ਜਿਹੜੇ ਮੇਰੇ ਨਾਲ ਪਲੱਸ ਟੂ ਨੀਅਮਿਟ ਸਕੂਲੇ ਪੜ੍ਹਦੇ ਉਹਨਾਂ ਨੇ ਮੈਨੂੰ ਬੜੀਆਂ ਗੱਲਾਂ ਕਰਨੀਆਂ ਕਿ ਸਾਲਾ ਤੂੰ ਵੀ ਮਾਰਨ ਡਿਆ ਉਹਨਾਂ ਨੂੰ ਤਾਂ ਪਤਾ ਹੈ ਇਕੱਠਿਆਂ ਪਲੱਸ ਟੂ ਕੀਤੀ ਤੇ ਕਿੱਦਾਂ ਪਰਚੀ ਚੱਲੀ ਉੱਥੇ ਉਹ ਵੀ ਦੇ ਦਿੰਦੇ ਸੀ ਯਾਰ ਉਹਨਾਂ ਬੰਦਿਆਂ ਨੂੰ ਵੀ ਮਿਲਣਾ ਵੀ ਆਪਣਾ ਕਿਸੇ ਮੈਂ ਗੱਲ ਹੁਣ ਮੇਰੇ ਮੋਢੇ ਦੀ ਜ਼ਬਾਨ ਡਿੱਗਦੀ ਜਿਹੜੇ ਨਿਸ਼ਾਨ ਦੀਆਂ ਮੁੱਛਾਂ ਨੂੰ ਮਖੌਲ ਕਰਦੇ ਉਹਨਾਂ ਦੇ ਚੰਗੀ ਤਰ੍ਹਾਂ ਜਾਈਆਂ ਵੀ ਨੀ ਆਪਣੇ ਮੈਨੂੰ ਕਿਹਨੇ ਕੀਤਾ ਵਾ ਬਥੇਰੇ ਵਿੱਚ ਸੜਦਾ ਲੈ ਕਰ ਦਿੰਦੇ ਕਿ ਨਿਸ਼ਾਨੀਆਂ ਮੁੱਛਾਂ ਇਦਾਂ ਨਿਸ਼ਾਨੀਆਂ ਉਦਾਂ ਬੰਦਾ ਪੁੱਛ ਕੇ ਉਹਨਾਂ ਦੀਆਂ ਉਹ ਜਿਹੜੇ ਇਦਾਂ ਬੋਲਦੇ ਹੁੰਦੇ ਆਪਣੀ ਮੁੱਛਾਂ ਨਹੀਂ ਹੁੰਦੀਆਂ ਉਹਨਾਂ ਕਦੀ ਰੱਖੀਆਂ ਨਹੀਂ ਹੋਣੀਆਂ ਮੁੱਛਾਂ ਆਪਣੀ ਕਿਹੜੀ ਸੌਖੀ ਪਈ ਆ ਪੁੱਤਾਂ ਦੇ ਨਾਲ ਔਖੀ ਮੁੱਛ ਪਾਲੀ ਜਾਂਦੀ ਆ ਚੰਗੀ ਹੁਣ ਕਦੇ ਆਪ ਆਪਣੇ ਵਾਲ ਹੁੰਦੇ ਕਿਸੇ ਦੀਆਂ ਛੋਟੀਆਂ ਕਿਸੇ ਦੀਆਂ ਵੱਡੀਆਂ ਮੈਨੂੰ ਕਈ ਪੈਸੇ ਕਰ ਦਿੰਦੇ ਬਾਈ ਮੁੱਛਾਂ ਕਿੱਦਾਂ ਵਧਾਈਆਂ ਮੈਨੂੰ 5 ਸਾਲ ਹੋ ਗਏ ਮੈਂ ਕਦੀ ਕਿੰਚੀ ਨੂੰ ਲਵਾ ਕੇ ਵੇਖੀਆਂ ਨਾ ਵਿਚਾਰੀਆਂ ਨੂੰ ਕਈਆਂ ਦੇ ਹੁੰਦੀਆਂ ਹੀ ਨਹੀਂ ਹੱਥ ਚ ਨੀ ਆਉਂਦਾ ਆ ਗਿਆ ਜੱਗੂ ਬਾਰੇ ਯਾਰ ਜਿਹੜੇ ਵੀਰ ਜੀ ਮਖੌਲ ਕਰਦੇ ਉਹਨਾਂ ਬਾਰੇ ਚਾਰ ਗੱਲਾਂ ਯਾਰ ਅਸੀਂ ਭਰਾਵਾਂ ਜੱਗੂ ਦੇ ਨਹੀਂ ਮਖੌਲ ਕਰ ਸਕਦੇ ਮੈਨੂੰ ਜਿਹੜਾ ਮੈਨੂੰ ਕਮੈਂਟ ਆਇਆ ਕਹਿੰਦਾ ਕਿ ਜੱਗੂ ਦੇ ਦੰਦ ਇੱਦਾਂ ਤੁਸੀਂ ਇਹਨੂੰ ਮਖੌਲ ਕਰਦੇ ਜੱਗੂ ਸਾਡਾ ਤੂੰ ਭਰਾਵਾਂ ਵਾਲਾ ਸੀ ਤੈਨੂੰ ਮਖੌਲ ਕਰ ਸਕਦੇ ਕਿ ਨਹੀਂ ਬਿਲਕੁਲ ਪਰ ਅਸੀਂ ਜੱਗੂ ਨੂੰ ਇਹ ਵੀ ਬੜੀ ਵਾਰ ਕਿਹਾ ਕਿ ਚੱਲ ਜੇ ਰੱਬ ਨੇ ਜਿਹੜੀ ਚੀਜ਼ ਬਣਾਈ ਆ ਉਹਨੂੰ ਮਾੜਾ ਮੋਟਾ ਚੇਂਜ ਕਰਨ ਨੂੰ ਮੌਕੇ ਠੀਕ ਆ
जगू जी कहती कुछ कहती कि आवाज मारती कि मारती थी इधर आओ जी इधर आओ जी उधर जाओ जी रोटी खानी है जी चाह पीनी है जी तू खड़ी कहना नाम छड़ दो हथ नहीं खड़े होंगे फोन में किटी को लका के ठाण बड़े अवले जे करके सज्जन बेली दसन गए अपने कि लादे जे कह वधिया लादे इदा दे रख्या करने गल लगना श्रीलंका दा इक प्लेयर दा नाम मलिंगा उदा लग गया श्रीलंका दा प्लेयर कहना मलिंगा ओए वार हो गया ना पिछे दादू तो वज गया हाडी कोई जिम्मेवारी नहीं जे तुम अनु नहीं कहना कि तुहाडे बंदे ने दंद मारता मेरे तुहानू पता जिहड़ा काम कदी जिंदगी च नहीं कीता नहीं करांगे मतलब
सची नुकड़ा पै गया ढिलो भी टूट गई आगे खत्म हो गई बाबा सिर नवा के आ गया गुरुआ बड़े दिनों के नहाना होता थोड़ी गुरुआ धक्के ना फड़ के पहला जी तुसी मरी जांदे रे हुण नहा गया सौ लगे वीर जी मत्था टेक आया मैं नहा के मत्था टेकदा मेरी याद उतरा नहीं मेरी गल सुन किन्ने दिनां बाद टेक झूठ ना बोल कोई कोई कार नु मिलदा हैं धक्के ना खड़ा अज नु हैं मैं जदों इत्थे आयो लोकी कोई कार नु मिलदा वा इह गुरुआ सानू तां कि कॉफी मिल जांदी तड़ना गया सानू कुछ नहीं मिलया अज सनी वीर कॉफी चाहिए कॉफी दे दो असल जग्गू नाल है वधिया तरीका सनी को कॉफी मिल जांदा पर चा कॉफी अंदर दी बद अंदर रहे लुचा टू ना कह तू सारे राज खोल नहीं मेरे कवर कर दो पुराने गल्ला पीछे सड़ दी हुन अपन नवे 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 वाले बंदे बन जिए तू नहीं आया जे ये के तो अभी भी लोड़ी पड़ी जाके भी कह दे ले जाओ आगे ਤੁਹਾਡੇ ਕੋਲ ਬਸ ਕੱਲੀ ਕਾਫੀ ਮਿਲ ਰਹੀ ਹੈ ਜੱਗੂ ਮੈਂ ਤੁਹਾਨੂੰ ਅੱਗੇ ਨੂੰ ਬਿਸਕੁਟ ਹੀ ਮਿਲ ਜਾਂਦੇ ਹੁੰਦੇ ਸੀ ਉਹ ਕਾ ਇਹਨਾਂ ਨਾਲ ਆਉਂਦਾ ਇਹੋ ਤੇ ਘਾਟਾ ਜੱਗੂ ਨਾਲ ਆਉਂਦਾ ਕੋਈ ਫਾਇਦਾ ਨਹੀਂ ਹੋਇਆ ਪਿਛਲੀ ਯਾਰ ਆਏ ਮੈਂ ਸਾਰੇ ਗਾ ਗਿਆ ਹੈ ਕੀ ਕਹਿੰਦਾ ਸਰਪੰਚਾ ਪਿਛਲੀ ਯਾਰ ਆਏ ਮੈਂ ਸਾਰੇ ਗਾ ਗਿਆ ਲਾ ਗਿਆ ਖੰਡਾ ਇਹਨੂੰ ਆਇਆ ਜੱਗੂ ਵੀਰੇ ਇਹਨੂੰ ਆਇਆ ਉਹ ਤੈਨੂੰ ਮੁੰਦਰ ਹੂੰ ਮੈਂ ਬਲਾ ਗਿਆ ਕਿ ਮੈਂ ਪਰੇ ਆਵਾ ਪਾਦ ਪੁੱਤਰ ਮਾਰ ਦਿਓ ਅੱਛਾ ਅਗਲੇ ਗੱਲ ਵੇਲਾ ਨੇ ਕਮਾ ਕੇ ਫੁੱਲੀ ਜਾ ਸਹੀ ਗੰਦੀਆਂ ਗੱਲਾਂ ਨਾ ਕਰਿਆ ਕਰੋ ਯਾਰ ਯੂ ਨੋ तेरे ना जगू कोई फायदा नहीं है बिस्कुट नहीं मिले सनी भी रजे अगला जगू वर्गा दंदी पढ़ते मामा दंद बाहर तेन लगने संडिया चोरी खादा वा इन्हां ने ऑर्डर करके इन्हां ने बैल नहीं बजन दित्ती सालियां ने गेट ते खलो के जाके ने बैल मारनी पहला तो गोदा फड़ लिया वा कोई नी पुत कर दे इन्हां कर दे दो दो हाथ इन्हां दे नाल स्टेटस ते मिल दिंदे हां डाली टेंशन ना ले भी मुंडे बन गए सोहणे सोहणे मछा ठीक है
फिलहाल इना व्लॉग करो इंजॉय लव यू हांजी गड्डी लिया दें अभी लिया दें टेंशन बाय बाय लव यू हो गए रेडी हम चले मुंडे खान पीन निकी निकी मठी मठी गेड़ी वाजूगी बाय बाय।